ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ 1 ਤਰੀਕ 1 ਜਨਵਰੀ 2023, ਅਤੇ ਪਹਿਲਾਂ ਤਾਂ ਸਾਰੇ ਬਲੋਕ ਜਿਹੜੇ ਵੇਖਦੇ ਨੇ ਗੁਰਮੁਖ ਪਿਆਰੇ, ਉਹਨਾਂ 'ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ। ਸਤਿਗੁਰ ਕਿਰਪਾ ਕਰਨ, ਆਉਣ ਵਾਲਾ ਸਮਾਂ ਸਾਰਿਆਂ ਵਾਸਤੇ ਸੁਖਮਈ ਚੜ੍ਹਦੀ ਕਲਾ ਦੇ ਨਾਲ ਆਵੇ ਜੀ। ਸੋ ਅੱਜ ਫਰਾਂਸ ਤੋਂ, ਇੱਥੋਂ ਪੈਰਿਸ ਤੋਂ ਹੁਣ ਇੰਡੀਆ ਵਾਸਤੇ ਫਲੈਟ ਹੈ, ਅਤੇ ਤਕਰੀਬਨ 10 ਕੁ ਵਜੇ, 10:45 ਦੀ ਇੱਥੋਂ ਦੇ ਸਮੇਂ ਅਨੁਸਾਰ 10:45 ਵਜੇ ਫਲੈਟ ਹੈ, ਅਤੇ ਹੁਣ ਏਅਰਪੋਰਟ ਜਾ ਰਹੇ ਹਾਂ ਜੀ। ਇਸ ਵੇਲੇ ਤਿਆਰੀ ਕੀਤੀ ਹੈ ਜਾਣ ਵਾਸਤੇ, ਅਤੇ ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਛੱਡਣ ਜਾਣਾ ਉਹ ਵੀ ਤਿਆਰ ਨੇ, ਸੋ ਇਸ ਵੇਲੇ ਚੱਲਣ ਦੀ ਤਿਆਰੀ ਹੈ। ਅਤੇ ਅਰਦਾਸ ਕਰਨੀ ਸਤਿਗੁਰੂ ਰਾਹ ਪੈਣ ਦੇ ਵਿੱਚ ਆਪ ਸਹਾਈ ਹੋਣ, ਅਤੇ ਫਿਰ ਮਿਲਦੇ ਹਾਂ ਆਪਾਂ, ਏਅਰਪੋਰਟ ਚੱਲ ਕੇ ਵੀ ਗੱਲਬਾਤ ਕਰਾਂਗੇ, ਨਾਲ ਨਾਲ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹੇਗੀ। ਅਤੇ ਇਸੇ ਤਰ੍ਹਾਂ ਅੱਜ ਆਪਾਂ ਜਿਹੜਾ ਇਹ ਸਫ਼ਰ ਹੈ ਬੜੇ ਪਿਆਰ ਦੇ ਨਾਲ, ਚੜ੍ਹਦੀ ਕਲਾ ਦੇ ਨਾਲ, ਇਹ ਪੈਰਿਸ ਤੋਂ ਦਿੱਲੀ ਤੱਕ ਦਾ ਸਫ਼ਰ ਔਰ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ ਬੜੇ ਪਿਆਰ ਦੇ ਨਾਲ। ਏਅਰਪੋਰਟ ਹੈ ਜੀ, ਇੱਥੋਂ ਇੰਡੀਆ ਵਾਸਤੇ, ਦਿੱਲੀ ਵਾਸਤੇ ਹੁਣ ਵਿਸਤਾਰਾ ਦੀ ਫਲੈਟ ਹੈ ਜੀ 10:45, ਅਤੇ ਆ ਸੰਗਤ ਸਾਰੀ ਨਾਲ ਛੱਡਣ ਵਾਸਤੇ ਆਈ ਹੈ ਗੁਰਮੁਖ ਪਿਆਰੇ, ਜਿਨ੍ਹਾਂ ਵੱਲੋਂ ਇਹ ਸਮਾਗਮ ਨੌਜਵਾਨਾਂ ਵੱਲੋਂ ਉਲੀਕੇ ਗਏ, ਭਾਈ ਮਨਪ੍ਰੀਤ ਸਿੰਘ ਜੀ, ਭਾਈ ਜਸਕਰਨ ਸਿੰਘ ਜੀ, ਹਰਮਨਜੀਤ ਸਿੰਘ, ਸਾਰੇ ਗੁਰਮੁਖ ਪਿਆਰਿਆਂ ਵੱਲੋਂ ਇਹ ਇੱਥੇ ਛੱਡਣ ਵਾਸਤੇ ਆਏ ਨੇ। ਅਤੇ ਸਤਿਗੁਰ ਕਿਰਪਾ ਕਰਨ ਨਾਲ ਬਹੁਤ ਚੜ੍ਹਦੀ ਕਲਾ ਦੇ ਨਾਲ ਸਮਾਗਮ ਕਰਵਾਏ, ਅਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ, ਨਾਲੇ ਸਤਿਗੁਰਾਂ ਦੇ ਪ੍ਰਕਾਸ਼, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ। ਸਤਿਗੁਰ ਕਿਰਪਾ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਣ ਦੀ। ਫਿਰ ਮਿਲਦੇ ਹਾਂ ਥੋੜ੍ਹੀ ਦੇਰ ਬਾਅਦ। ਦੂਸਰੇ ਟਰਮੀਨਲ ਤੇ ਜਾ ਰਹੇ ਹਾਂ, ਤੁਸੀਂ ਸੁਣ ਰਹੇ ਹੋਣੇ ਅੰਦਰ ਆਵਾਜ਼ਾਂ ਆ ਰਹੀਆਂ ਨੇ, ਅਤੇ ਅੰਦਰ ਅੰਦਰ ਹੀ ਏਅਰਪੋਰਟ ਦੇ ਟਰਮੀਨਲ ਬਣਿਆ, ਦੇਖੋ ਘੁੰਮ ਰਹੀ ਹੈ ਟ੍ਰੇਨ ਇੱਧਰ ਨੂੰ, ਅਤੇ
ਨਾਲ ਨਾਲ ਆਰਮੀ ਨਾਲ ਗੱਲਬਾਤ ਕਰਦੇ ਰਵਾਂਗੇ ਹੁਣੇ ਸਾਨੂੰ ਲੈ ਕੇ ਜਾ ਰਹੀ ਆ ਪਿੱਛੇ ਤੁਹਾਨੂੰ ਜਹਾਜ਼ ਦੇ ਹੋਣੇ ਜਹਾਜ਼ ਦੇ ਨੇੜੇ ਜਾ ਰਹੇ ਹਾਂ ਅਤੇ ਨਾਲ ਨਾਲ ਗੱਲਬਾਤ ਕਰਾਂਗੇ My Hassan, Sasrikal. Yes, Sasrikal. Yes, Sasrikal. This is Hassan, our Nal, who is taking a wheelchair to us. He is a very good person. Good friend. Good friend, my friend. Thank you. Yes, sir. Good morning, sir. Good morning. Good morning. ਇੱਥੋਂ ਦੇ ਟਾਈਮ ਅਨੁਸਾਰ ਚੱਲਾਂਗੇ ਅਤੇ ਸਵੇਰੇ ਫਿਰ ਦਿੱਲੀ ਪਹੁੰਚਾਂਗੇ ਜਦੋਂ ਫਿਰ ਗੱਲਬਾਤ ਕਰਾਂਗੇ ਇਸ ਵੇਲੇ ਫਲਾਈਟ ਵਿੱਚ ਬੈਠ ਗਏ ਹਾਂ ਅਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਤਿਗੁਰੂ ਇਹ ਸਫ਼ਰ ਪੂਰਾ ਕਰਨਗੇ
ਗੈਸ ਮੇਰੇ ਪੈਰਿਸ ਤੋਂ ਦਿੱਲੀ ਪਹੁੰਚ ਗਿਆ ਜੀ ਔਰ ਦਿੱਲੀ ਏਅਰਪੋਰਟ ਪਹੁੰਚ ਕੇ ਹੁਣ ਅਸੀਂ ਜਿਹੜੇ ਇੱਥੋਂ ਅੰਮ੍ਰਿਤਸਰ ਦੀ ਫਲੈਟ 'ਚ ਬੈਠੇ ਹਾਂ ਅਤੇ ਫਿਰ ਅੰਮ੍ਰਿਤਸਰ ਪਹੁੰਚਦੇ ਇੱਥੋਂ ਘੰਟਾ ਕੁ ਲੱਗ ਜਾਣਾ ਫਲੈਟ 'ਚ ਅਤੇ ਘੰਟੇ ਬਾਅਦ ਫਿਰ ਆਪਾਂ ਅਗਲੀ ਗੱਲਬਾਤ ਕਰਾਂਗੇ ਉੱਥੇ ਜਾ ਕੇ ਮਿਲਦੇ ਹਾਂ ਜੀ ਉਹ ਅੱਜ ਅੰਮ੍ਰਿਤਸਰ ਪਹੁੰਚ ਜਾਣਾ ਅਤੇ ਕੱਲ੍ਹ ਨੂੰ ਹਾਜ਼ਰੀ ਵੀ ਹੈ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਰਾਤ ਨੂੰ ਆਰਤੀ ਵਿੱਚੋਂ ਹਾਜ਼ਰੀ ਭਰਨੀ ਹੈ ਅਤੇ ਅੱਜ ਪਹੁੰਚ ਜਾਣਾ ਸੀ ਅੰਮ੍ਰਿਤਸਰ ਪਰ ਪਰਸੋਂ ਆਸਾ ਦੀ ਵਾਰ ਦੀ ਹਾਜ਼ਰੀਆਂ ਭਰਨੀਆਂ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਜੁੜੇ ਰਹੋ ਜੀ ਜਾ ਕੇ ਫਿਰ ਅੰਮ੍ਰਿਤਸਰ ਮਿਲਦੇ ਹਾਂ ਹੁਣ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚ ਕੇ ਅਤੇ ਹੁਣ ਦਰਬਾਰ ਸਾਹਿਬ ਨੂੰ ਜਾ ਰਹੇ ਹਾਂ ਜੀ ਅਤੇ ਰਸਤੇ 'ਚ ਹੀ ਹਾਂ ਅਤੇ ਹੁਣ ਆਪਾਂ ਇਹ ਅੱਜ ਦੀ ਯਾਤਰਾ ਆਪ ਦੇ ਨਾਲ ਸਾਂਝੀ ਕੀਤੀ ਹੈ ਜਿਸ ਤਰ੍ਹਾਂ ਮੌਕਾ ਬਣਿਆ ਨਾਲ ਗੱਲਬਾਤ ਵੀ ਆਪਾਂ ਕਰਦੇ ਰਹੇ ਹਾਂ ਸੋ ਆਪ ਸਾਰਿਆਂ ਨੇ ਬੜੀ ਚੜ੍ਹਦੀ ਕਲਾ 'ਚ ਰਹੋ ਜੀ ਇਸੇ ਤਰ੍ਹਾਂ ਜੁੜੇ ਰਹਿਣਾ ਫਿਰ ਆਪਾਂ ਅਗਲੇ ਬਲੌਕ 'ਚ ਮਿਲਾਂਗੇ ਅਤੇ ਹੁਣ ਆਪਾਂ ਸਮਾਪਤੀ ਕਰੀਏ ਅੱਜ ਦਾ ਇਹ ਜਿਹੜਾ ਬਲੌਕ ਹੈ ਇਹ ਪੈਰਿਸ ਤੋਂ ਦਿੱਲੀ ਤੱਕ ਅਤੇ ਦਿੱਲੀਓਂ ਅੰਮ੍ਰਿਤਸਰ ਤੱਕ ਆਪਾਂ ਜੁੜੇ ਰਹੇ ਹਾਂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਫਿਰ ਮਿਲਾਂਗੇ ਅਗਲੇ ਬਲੌਕ 'ਚ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਗਿਆ ਜੀ ਸਿੰਘ ਫਿਰ ਧੰਨਵਾਦ ਜਿਹਨੂੰ ਤੁਸੀਂ ਜਾਣਦੇ ਹੀ ਹੋ ਬੱਦਾ ਤੁਹਾਂ